ਇਹ ਪਾਵਨ ਪੰਕਤੀਆਂ ਆਪਾਂ ਸਾਰੇ ਰਲ ਕੇ ਇੱਕ ਵਾਰੀ ਗਾਵਾਂਗੇ। ਇਹ ਜੋ ਖੁਸ਼ੀਆਂ ਦਾ ਮਾਹੌਲ ਬਣਿਆ, ਹਜ਼ਾਰਾਂ ਸੰਗਤਾਂ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦੇਣ ਵਾਸਤੇ ਆਈਆਂ ਨੇ, ਇਹ ਪਾਵਨ ਪੰਕਤੀਆਂ ਸਾਰੇ ਰਲ ਕੇ ਗਾਵਾਂਗੇ। ਫਿਰ ਨਾਲ ਹੀ ਕੀਤਾ ਲੋੜੀਏ ਕੰਮ ਸੁਹਰ ਪਿਆ ਕਾਰਜ ਦੇ ਸਵਾਰ ਸਤਿਗੁਰ ਸਤਿਸੰਗ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅਗਲੀ ਜਿਹੜੀ ਆਗਿਆ ਹੈ ਮਹਾਰਾਜ ਜੀ ਦੀ ਉਹ ਲਵਾਂਗੇ। ਇੱਕ ਵਾਰੀ ਇਹ ਪਾਵਨ ਪੰਕਤੀ ਸਾਰੇ ਮਿਲ ਕੇ ਗਾਇਓ। ਹੈ ਬਾਬਾ ਨਾਨਕ, ਇਹ ਖੁਸ਼ੀਆਂ ਸਾਰੀਆਂ ਤੁਹਾਡੀਆਂ ਦਿੱਤੀਆਂ ਹੋਈਆਂ। ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਕੀ ਅਰਦਾਸ। ਗੁਰੂ ਅਰਜਨ ਦੇਵ ਜੀ ਦੀ ਭਾਵਨਾ ਨੂੰ ਨਾਲ ਲੈ ਕੇ ਅਸੀਂ ਆਪਣੀ ਭਾਵਨਾ ਵੀ ਜੋੜ ਦਿੰਦੇ ਤੇ ਮੈਂ ਬੇਨਤੀ ਕਰਾਂਗਾ ਗਿੰਨੀ ਭੈਣ ਜੀ ਨੂੰ, ਹੋਰ ਮਹਾਰਾਜ ਜੀ ਕਪਿਲ ਸ਼ਰਮਾ ਜੀ, ਇਹਨਾਂ ਨੂੰ ਸੀਰੀਅਸ ਦੇਖ ਕੇ ਥੋੜ੍ਹਾ ਸਾਨੂੰ ਹੋਰ ਤਰ੍ਹਾਂ ਲੱਗ ਰਿਹਾ। ਮੈਂ ਕਿ ਉਹ ਇੰਨੇ ਕਿਤੇ ਹੋਰ ਤਾਂ ਨਹੀਂ ਆਇਆ ਕੋਈ। ਇੱਕ ਜਕਾਰਾ ਖੁਸ਼ੀਆਂ ਦਾ ਮਹਾਰਾਜ ਨੇ ਇਹਨਾਂ ਦੀ ਝੋਲੀ ਵਿੱਚ ਜਿਹੜੀ ਸ਼ੋਹਰਤ ਲਾਈ ਹੈ, ਬੱਚਾ ਬੱਚਾ ਅੱਜ ਦੁਨੀਆ ਦੇ ਵਰਲਡ ਦੇ ਕੋਨੇ ਕੋਨੇ ਵਿੱਚ ਇਹਨਾਂ ਨੂੰ ਜਾਣਦਾ, ਇਹ ਦਾਤ ਹੈ ਗੁਰੂ ਨਾਨਕ ਦੇ ਘਰ ਦੀ। ਜਿਹਨਾਂ ਨੂੰ ਟੁੱਟ ਕੇ ਦੇ ਦੇਵੇ ਨਾ, ਜਿਹਨਾਂ ਤੇ ਗੁਰੂ ਨਿਹਾਲ ਹੋ ਜਾਏ, ਇਹ ਉਹਨਾਂ ਨੂੰ ਦੌਲਤ ਵਾਲੇ ਬੜੇ ਮਿਲ ਜਾਣਗੇ। ਪਰ ਸ਼ੋਹਰਤ ਜਿਹੜੀ ਹੈ ਉਹ ਦੌਲਤ ਨਾਲ ਨਹੀਂ, ਉਹ ਕਿਰਪਾ ਨਾਲ, ਮਹਾਰਾਜ ਜੀ ਦੀ ਮਿਹਰ ਨਾਲ। ਇਹ ਪਾਵਨ ਪੰਕਤੀਆਂ ਤੁਸੀਂ ਸਾਰੇ ਗਾਇਓ, ਕਪਿਲ ਸ਼ਰਮਾ ਜੀ ਦੀ ਔਰ ਗਿੰਨੀ ਭੈਣ ਜੀ ਦੀ, ਇਹ ਤੁਹਾਡੀ ਸੰਗਤ ਦੀ ਇਹਨਾਂ ਵਾਸਤੇ ਅਸੀਸ ਹੋਏਗੀ। ਜਦੋਂ ਸੰਗਤ ਮਿਲ ਕੇ ਗਾਉਂਦੀ ਹੈ ਨਾ, ਫਿਰ ਬਾਬਾ ਨਾਨਕ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਇਸ ਸੁਭਾਗੀ ਜੋੜੀ ਨੂੰ ਨਾਲ ਆਪਣੇ ਨਾਮ ਬੰਦਗੀ ਦਾ ਪ੍ਰਤਾਪ ਮਹਾਰਾਜ ਨਾਲ ਬਖਸ਼ਿਸ਼ ਕਰੇ। ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਕੀ ਅਰਦਾਸ। ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਵੀ ਰੱਬ ਦਾ ਸ਼ੁਕਰ ਹੀ ਮਨਾਇਆ। ਇੱਕ ਇੱਕ ਕਦਮ ਤੇ ਉਹਦਾ ਸ਼ੁਕਰਾਨਾ ਕਰੀਏ। ਸਾਰੇ ਬੋਲਿਓ, ਫਿਰ ਅਗਲਾ ਕਾਰਜ ਆਪਾਂ ਮਹਾਰਾਜ ਜੀ ਦੀ ਅੱਗੇ। ਰਹਿਮ ਤੇਰੀ ਸੁਖ ਪਾਇਆ, ਸੁਖ ਪਾਇਆ, ਪੜੋ ਸਾਰੇ। ਰਹਿਮ ਸੁਖ ਸੁਖ ਪਾਇਆ।
ਕਵਿਤਾ ਲੋੜੀਏ ਕੰਮ ਸੋਹਰਤ ਰਾਖੀਏ ਸ਼ਬਦ ਗਾਇਆ ਜਾਏਗਾ ਇੱਕ ਦੋ ਮਿੰਟ ਫਿਰ ਸੰਖੇਪ ਅਰਦਾਸ ਹੋਵੇਗੀ ਜਿਸ ਵਿੱਚ ਕਪਿਲ ਸ਼ਰਮਾ ਜੀ ਔਰ ਗਿੰਮੀ ਜੀ ਇਹਨਾਂ ਦੇ ਮਾਤਾ ਪਿਤਾ ਨਾਲ ਖੜੇ ਹੋਣਗੇ ਬਾਕੀ ਸੰਗਤ ਨੇ ਪਹਿਲਾਂ ਸ਼ਬਦ ਗਾਇਆ ਜਾਏਗਾ ਮਹਾਰਾਜ ਜੀ ਦੀ ਆਗਿਆ ਫਿਰ ਗੁਰੂ ਘਰ ਦੇ ਵਜ਼ੀਰ ਸਿੰਘ ਬਣ ਛੋਟੀ ਅਰਦਾਸ ਕੀਤਾ ਲੋਣੀਏ ਕੰਮ ਸੋਹਰ ਪਿਆ ਕੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਨਮਸਕਾਰ ਕਰਕੇ ਖੜੇ ਹੋ ਜਾਣ ਜੀ ਦੋਨੋਂ ਔਰ ਇਹਨਾਂ ਦੇ ਮਾਤਾ ਪਿਤਾ ਵੀ ਨਾਲ ਖੜੇ ਹੋ ਜਾਣ ਵਜ਼ੀਰ ਸਾਹਿਬਾਨ ਬਾਬਾ ਜੀ ਅਰਦਾਸ ਕਰਨਗੇ ਥੋੜਾ ਚੁੱਪ ਦਾ ਦਾਨ ਬਖਸ਼ਿਸ਼ ਕਰੇ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੀ ਕਰਨੂੰ ਤਾਵੇ ਦਸਵੇਂ ਪਾਤਸ਼ਾਹ ਧੰਨ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਦੁਸ਼ਟ ਦਮਨ ਸਭ ਥਾਈਂ ਹੋਏ ਜੀ ਸਹਾਇ ਸਭ ਗੁਰਾਂ ਦੀ ਆਤਮ ਚਵ ਤਖਤ ਦੇ ਮਾਲਕ ਕਲ ਜੁਗੇ ਨਾਮ ਦੇ ਜਹਾਜ਼ ਅਵਤਾਰ ਗੁਰੂ ਧੰਨ ਪਾਠ ਦਰਸ਼ਨ ਦਿਦਾਰ ਜੀ ਕਾ ਦੇ ਅੰਦਰ ਕੇ ਬੋਲਾ ਜੀ ਪੰਜ ਪਿਆਰੇ ਚਾਰ ਸਭ ਜਾਦੇ ਚਾਲੀ ਮੁਕਤੇ ਅੱਠੀਆਂ ਸ਼ਹੀਦਾਂ ਮਹਾਂਪੁਰਸ਼ਾਂ ਦੀ ਪ੍ਰਭਾਈਕਾ ਦੇ ਅੰਦਰ ਗੇ ਬੋਲਾ ਜੀ ਸੰਤਮ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼੍ਰੀ ਨੂੰ ਨਮਸਕਾਰ ਅਵਤਾਰ ਗੁਰੂ ਧੰਨ ਸਾਹਿਬ ਜੀ ਆਪ ਜੀ ਪਾਠ ਜੈਸਾ ਸਤਿਗੁਰ ਸੁਣਦਾ ਤੈਸੋ ਹੀ ਮੈਂ ਡੇਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਲ ਸੇਠ ਨਾਮੋ ਮੰਤਰ ਦਿਲਾਇੰਦਾ ਬਟੇ ਹੋ ਮੇ ਰੂਹ ਨਾਨਕ ਸਤਿਗੁਰ ਤਨਾ ਮਿਲਾਇਆ ਜਿਨਾ ਤੁਰੇ ਕਪਿਲ ਸ਼ਰਮਾ ਜੀ ਮਹਾਰਾਜ ਜੀ ਸੁਤਰ ਮਹਾਰਾਜ ਜੀ ਜਗਦੀਸ਼ ਸ਼ਰਮਾ ਜੀ ਪ੍ਰਾਣੀ
ਆਪਣੀ ਪਾਰ ਆਪਣੇ ਗੁਰੂ ਘਰ ਦੇ ਪ੍ਰੀਤਮਾਨ ਮੀਤ ਬਹੁਤ ਜੀ ਜਿੰਨੀ ਸੁਪਤਰੀ ਸਰਦਾਰ ਮਨਮੋਹਨ ਸਿੰਘ ਜੀ ਭੈਣ ਜੀ ਮਹਿੰਦਰ ਆਨੰਦ ਕਾਰਜ ਰੰਗ ਤੁਹਾਡੀ ਆਗਿਆ ਬਖਸ਼ਿਸ਼ ਮੇਰ ਬਰਿਆਤ ਰੱਖਣਾ ਸਿਰਫ ਕਾਜ ਸੁੱਖਾਂ ਬਾਰੇ ਸੁਣਦੇ ਕਰਨਾ ਵੀ ਸਤਿਗੁਰ ਪਾਤਸ਼ਾਹ ਸਿਰਫ ਕਾਜ ਆਪ ਦੇ ਸੁੱਖਾਂ ਬਾਰੇ ਸੁਣਦੇ ਇਹ ਵੀ ਆਨੰਦ ਕਾਰਜ ਮਹਾਰਾਜ ਕਰੀਏ ਹੋਰ ਪਾਤਸ਼ਾਹ ਕੋਲ ਪਾਲਸੀ ਆਪਣਾ ਮੇਰ ਬਰਿਆਤ ਰੱਖਣਾ ਸਿਰਫ ਕਾਜ ਸੁੱਖਾਂ ਬਾਰੇ ਸੁਣਦੇ ਕਰਨਾ ਆਗਿਆ ਬਖਸ਼ਿਸ਼ ਕਰੋ ਹੁਣ ਆਪਣਾ ਅਲਾਹੀ ਹੁਕਮ ਨਾਮ ਬਖਸ਼ੋ ਹੁਕਮ ਨਾਮੇ ਤੇ ਜਨਨ ਦੀ ਦਾਤ ਬਖਸ਼ੋ ਸਰਬੱਤ ਕਰੋ ਸਿੱਖੀ ਕਦੇ ਨਾ ਹੋ ਗਈ ਧਨ ਕੀ ਨਾਨਕ ਜੋਰ ਗੋਬਿੰਦ ਗਾ ਪੂਰਨ ਬੰਤਾ ਸੇ ਮਹਾਰਾਥਾ ਸਾਰ ਸਿਰਫ ਬੇਨਤੀਆਂ ਪ੍ਰਵਾਨ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਕਿਤਾ ਵੇ ਨਾ